ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਵੀਰ ਮਨਪ੍ਰੀਤ ਸਿੰਘ, ਅਤੇ ਮੈਂ ਤੁਹਾਡੇ ਨਾਲ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਦੁਬਈ ਦਾ ਲਾਇਸੈਂਸ ਜਿਹੜਾ ਵਾ ਉਹ ਬਣਵਾ ਲਓ, ਕਿਉਂਕਿ ਅਜੇ NOC ਦੀ ਜ਼ਰੂਰਤ ਜਿਹੜੀ ਆ ਨਹੀਂ ਆ। NOC ਪਹਿਲਾਂ ਲੱਗਦੀ ਸੀ ਪਰ ਹੁਣ ਨਹੀਂ ਲੱਗਦੀ, ਅਤੇ ਜਿਹੜਾ ਮੇਰਾ ਵੀਰ ਇੱਥੇ ਆ ਉਹ ਆਪਣਾ ਜਿਹੜਾ ਫਾਈਲ ਓਪਨ ਕਰਵਾਵੇ ਜਾ ਕੇ। ਅਤੇ ਜੇ ਤੁਹਾਡਾ ਤੁਸੀਂ ਹੈਵੀ ਲਾਇਸੈਂਸ ਬਣਵਾਉਣਾ ਵਾ ਜਾਂ ਲਾਈਟ ਬਣਾਉਣਾ ਵਾ, ਕੋਈ NOC ਦੀ ਜ਼ਰੂਰਤ ਨਹੀਂ ਆ। ਸਕੂਲੇ ਜਾਓ, ਆਪਣਾ ਉੱਥੋਂ ਪਤਾ ਕਰੋ, ਆਪਣੀ ਫਾਈਲ ਓਪਨ ਕਰਵਾਓ, ਅਤੇ 2-3 ਮਹੀਨੇ ਦੇ ਵਿੱਚ ਤੁਸੀਂ ਜਿਹੜਾ ਆਪਣਾ ਤਲੀਮਾ ਲੈ ਕੇ ਸਕੂਲੇ ਟੈਸਟ ਪਾਸ ਕਰਕੇ ਆਪਣਾ ਲਾਇਸੈਂਸ ਲਓ, ਠੀਕ ਹੈ ਨਾ। ਕਿਉਂਕਿ ਆਪਣੇ ਪੰਜਾਬੀ ਵੀਰ ਭਰਾ ਕਿੱਦਾਂ ਆਉਂਦੇ ਨੇਗੇ, ਉਹ ਆਪਣਾ 6-7 ਲੱਖ ਰੁਪਇਆ ਠੇਕਾ ਮਾਰ ਕੇ ਆਉਂਦੇ ਨੇ ਉੱਥੋਂ, ਠੀਕ ਹੈ ਪਿੰਡੋਂ। ਅਤੇ ਜਿਹਨੂੰ ਮੌਕਾ ਮਿਲਿਆ ਵਾ ਜਿੱਦਾਂ ਇੱਥੇ ਕੰਪਨੀ ਦੇ ਵਿੱਚ ਹੈ ਕਿਤੇ, ਅਤੇ ਉਹ ਆਪਣਾ ਜਿਹੜਾ ਵਾ ਹੁਣ ਅਪਲਾਈ ਕਰ ਸਕਦੇ ਆ। ਹੁਣ ਤੁਹਾਡਾ ਖਰਚਾ ਸਿਰਫ ਮਿਨੀਮਮ 1.5-2 ਲੱਖ ਰੁਪਇਆ ਹੋਵੇਗਾ, ਕਿਉਂਕਿ ਤੁਹਾਡਾ ਕੰਪਨੀ ਦੀ ਤੁਹਾਡੀ ਰਹਿਸ਼ ਹੈਗੀ, ਅਤੇ ਕੰਮ ਤੁਸੀਂ ਕਰਦੇ ਜੇ ਨਾਲ ਦੀ ਨਾਲ ਸਹੀ ਆ, ਅਤੇ ਉਦੋਂ ਤੁਸੀਂ ਮੰਨ ਲਓ ਠੇਕਾ ਮਾਰ ਕੇ ਆਉਂਦੇ ਜੇ, ਅਤੇ ਉਹ 'ਚ ਤੁਹਾਨੂੰ ਇਹ ਆ ਵੀ ਆਪਣਾ ਕੰਮ ਵੀ ਨਹੀਂ ਕਰਨਾ ਪੈਂਦਾ, ਫਿਰ ਇੱਦਾਂ ਤੁਸੀਂ ਨਾਲ ਦੀ ਨਾਲ ਕੰਮ ਵੀ ਕਰੀ ਜਾਂਦੇ ਜੇ, ਅਤੇ ਨਾਲ ਦੀ ਨਾਲ ਤੁਸੀਂ ਜਿਹੜਾ ਆਪਣਾ ਲਾਇਸੈਂਸ ਜਿਹੜਾ ਵਾ ਉਹ ਵੀ ਬਣਵਾ ਸਕਦੇ ਜੇ, ਕੱਲ੍ਹ ਨੂੰ ਤੁਸੀਂ ਇੱਥੇ ਜੋਬ ਆਪਣੀ ਲੱਭ ਸਕਦੇ ਜੇ, ਸਹੀ ਆ। ਅਤੇ ਮੈਂ ਫਿਰ ਤੋਂ ਤੁਹਾਨੂੰ ਇਹੋ ਹੀ ਗੱਲ ਕਹਿਣਾ ਚਾਹੁੰਦਾ ਕਿ ਆਪਣਾ ਸਕੂਲੇ ਜਾਓ ਅਤੇ ਆਪਣਾ ਫਾਈਲ ਓਪਨ ਕਰਵਾਓ ਅਤੇ ਲਾਇਸੈਂਸ ਬਣਵਾਓ, ਕਿਉਂਕਿ ਹੁਣ ਤੁਹਾਡੇ ਕੋਲ ਮੌਕਾ, NOC ਦੀ ਜ਼ਰੂਰਤ ਨਹੀਂ ਹੈਗੀ, ਸਹੀ ਆ। 6-7 ਲੱਖ ਰੁਪਇਆ ਜਿਹੜਾ ਵਾ ਉਹ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਪਿੰਡੋਂ। ਜਿਹਨੂੰ ਇੱਥੇ ਮੌਕਾ ਮਿਲਿਆ ਵਾ ਉਹ ਜ਼ਰੂਰ ਬਣਾਵੇ ਮੇਰਾ ਵੀਰ, ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰੇ ਭਰਾ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੇਰਾ ਵੀਰ, ਤਾਂ ਕਿ ਹੋਰ ਵੀ ਕੋਈ ਕੰਮ ਦੀ ਵੀਡੀਓ ਜਿੱਦਾਂ ਤੁਹਾਡੇ ਤੱਕ ਪਹੁੰਚ ਸਕੇ। ਥੈਂਕ ਯੂ।